ਹਰਜੀਤਾ ਨਿੱਕਾ ਜੈਲਦਾਰ ਸੀਰੀਜ਼ ਕਿਸਮਤ ਤੇ ਕਿਸਮਤ ਤੋਂ ਬਾਅਦ ਹੁਣ ਸੁਪਨਾ। ਜੀ ਹਾਂ, ਐਮੀ ਵਿਰਕ ਅਤੇ ਜਗਦੀਪ ਸਿੱਧੂ ਦੀ ਜੋੜੀ ਨੂੰ ਜਿੱਥੇ ਅਸੀਂ ਇੰਨੀਆਂ ਮੂਵੀਜ਼ ਵਿੱਚ ਇੰਜੋਏ ਕੀਤਾ ਹੈ ਤੇ ਉਹ ਸਾਰੀਆਂ ਹੀ ਮੂਵੀਜ਼ ਸੁਪਰ ਹਿੱਟ ਰਹੀਆਂ ਨੇ, ਉੱਥੇ ਹੁਣ ਜਲਦ ਹੀ ਅਸੀਂ ਇਸ ਜੋੜੀ ਨੂੰ ਇੰਜੋਏ ਕਰਨ ਵਾਲੇ ਹਾਂ ਮੂਵੀ ਸੁਪਨਾ ਦੇ ਵਿੱਚ। ਸੁਪਨਾ ਮੂਵੀ ਦੇ ਅਸੀਂ ਕਈ ਫਸਟ ਲੁੱਕ ਪੋਸਟਰਸ ਨੂੰ ਇੰਜੋਏ ਕੀਤਾ ਹੈ, ਪਰ ਉੱਥੇ ਹੀ ਅਸੀਂ ਹੁਣ ਤੱਕ ਉਸਦਾ ਆਫੀਸ਼ੀਅਲ ਪੋਸਟਰ ਨਹੀਂ ਦੇਖਿਆ ਸੀਗਾ ਤੇ ਹੁਣ ਜਗਦੀਪ ਸਿੱਧੂ ਵੱਲੋਂ ਸਾਡੇ ਨਾਲ ਇਸ ਮੂਵੀ ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕਰ ਦਿੱਤਾ ਗਿਆ ਹੈ, ਜਿਸ ਪੋਸਟਰ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਐਮੀ ਵਿਰਕ ਐਂਡ ਤਾਨੀਆ। ਆਓ ਫਿਰ ਤੁਸੀਂ ਵੀ ਚੈੱਕ ਕਰੋ ਇਸ ਆਫੀਸ਼ੀਅਲ ਪੋਸਟਰ ਨੂੰ। ਇਸ ਮੂਵੀ ਦੇ ਆਫੀਸ਼ੀਅਲ ਪੋਸਟਰ ਨੂੰ ਦੇਖ ਕੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਿੰਨੀ ਕੈਂਟ ਕੈਮਿਸਟਰੀ ਦਿਖਣ ਵਾਲੀ ਹੈ ਸਾਨੂੰ ਐਮੀ ਵਿਰਕ ਅਤੇ ਤਾਨੀਆ ਦੇ ਵਿੱਚ। ਇੱਥੇ ਹੁਣ ਜੇ ਅਸੀਂ ਗੱਲ ਕਰੀਏ ਇਸ ਮੂਵੀ ਦੀਆਂ ਡਿਟੇਲਸ ਦੀ ਤੇ ਤੁਹਾਨੂੰ ਦੱਸ ਦਈਏ ਕਿ ਇਸ ਮੂਵੀ ਵਿੱਚ ਸਾਨੂੰ ਦੇਖਣ ਨੂੰ ਮਿਲਣ ਵਾਲੇ ਨੇ ਐਮੀ ਵਿਰਕ, ਤਾਨੀਆ, ਜੈਸਮੀਨ ਬਾਜਵਾ ਐਂਡ ਜਗਜੀਤ ਸਿੱਧੂ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਮੂਵੀ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ ਖੁਦ ਜਗਦੀਪ ਸਿੱਧੂ ਵੱਲੋਂ ਤੇ ਇਸ ਮੂਵੀ ਵਿੱਚ ਸਾਨੂੰ ਮਿਊਜ਼ਿਕ ਸੁਣਨ ਨੂੰ ਮਿਲਣ ਵਾਲਾ ਹੈ ਬੀ ਪ੍ਰਾਗ ਦਾ ਤੇ ਸਾਰੇ ਗਾਣਿਆਂ ਦੇ ਲਿਰਿਕਸ ਲਿਖੇ ਜਾਣਗੇ ਜਾਨੀ ਵੱਲੋਂ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਮੂਵੀ ਨੂੰ ਪ੍ਰੋਡਿਊਸ ਕਰ ਰਹੇ ਨੇ ਗੁਰਪ੍ਰੀਤ ਸਿੰਘ ਐਂਡ ਨਵਨੀਤ ਵਿਰਕ ਤੇ ਇਹ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਵਰਲਡ ਵਾਈਡ 14 ਫੈਬਰੀ ਨੂੰ, ਯਾਨੀ ਕਿ ਵੈਲੈਂਟਾਈਨਸ ਡੇ ਵਾਲੇ ਦਿਨ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਗਦੀਪ ਸਿੱਧੂ ਵੱਲੋਂ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਬੜੀ ਇਮੋਸ਼ਨਲ ਜਿਹੀ ਕੈਪਸ਼ਨ ਲਿਖੀ ਗਈ। ਆਓ ਤੁਸੀਂ ਵੀ ਚੈੱਕ ਕਰੋ। ਸਾਡੀ 7th ਫਿਲਮ ਟੁਗੇਦਰ, ਥੈਂਕ ਯੂ ਸਰਦਾਰਾ ਮੇਰੇ ਤੇ ਇੰਨਾ ਅੰਨਾ ਵਿਸ਼ਵਾਸ ਕਰਨ ਲਈ। ਇਹਨੂੰ ਸਟੋਰੀ ਸ਼ੂਟ ਖਤਮ ਹੋਣ ਵੇਲੇ ਪਤਾ ਲੱਗਦੀ ਆ ਵੀ ਆਵੀ ਸੀ ਐਮੀ ਵਿਰਕ, ਕਦੇ ਨਹੀਂ ਸਕ੍ਰਿਪਟ ਸੁਣਦਾ। ਗਦਰ ਇੰਟਰੋਡਿਊਸਡ ਮੀ ਟੂ ਹਰ, ਆਈ ਰਿਮੈਂਬਰ ਆਈ ਆਸਕਡ ਹਿਮ ਯਾਰ ਕੋਈ ਕੁੜੀ ਦੱਸ ਲੀਡ ਲਈ, ਹੀ ਸੈਂਡ ਮੀ ਫਿਊ ਪਿਕਚਰਸ। ਚਾਰ ਫਿਲਮਾਂ ਲੱਗ ਗਈਆਂ ਉਹਨੂੰ ਲੀਡ ਤੱਕ ਆਉਣ 'ਚ, ਪਰ ਫਾਈਨਲੀ ਸ਼ੀ ਇਜ਼ ਦੇਅਰ। ਟਰਸਟ ਮੀ, ਸੁਪਨਾ ਵਿਲ ਆਲਵੇਜ਼ ਰਿਮੈਂਬਰ ਤਾਨੀਆ। ਫਿਲਮ ਤੁਸ਼ਾਰ ਕਾਲੀਆ, ਬਿਜ਼ੀ ਮੈਨ ਇਨ ਬਾਲੀਵੁੱਡ, ਥੈਂਕ ਯੂ ਸਰ ਬਿਲੀਵਿੰਗ ਇਨ ਸੁਪਨਾ, ਲਰਨ ਅਲੋਟ ਫਰੋਮ ਯੂ। ਆਈ ਮਸਟ ਸੇ ਬ੍ਰੇਵ ਕੋਰੀਓਗ੍ਰਾਫਰ ਸ਼ਾਮ ਕੌਸ਼ਕ, ਹੀ ਆਲਵੇਜ਼ ਆਸਕ ਮੀ ਤੂੰ ਐਕਸ਼ਨ ਫਿਲਮ ਕਦੋਂ ਕਰੇਗਾ, ਜਦੋਂ ਵੀ ਕਰੂੰਗਾ ਸਰ ਨੋਟ ਵਿਦਾਊਟ ਯੂ, ਥੈਂਕ ਯੂ ਫੋਰ ਬੀਂਗ ਪਾਰਟ ਆਫ ਸੁਪਨਾ। ਵਿਨੀਤ ਮਲਹੋਤਰਾ ਐਟ ਹਿਜ਼ ਬੈਸਟ, ਛੜਾ 'ਚ ਅਸੀਂ ਆਪਣੇ ਆਪਣੇ ਕੰਮ ਲਈ ਫਾਈਟ ਕਰਦੇ ਸੀ, ਸੁਪਨਾ 'ਚ ਅਸੀਂ ਇੱਕ ਦੂਜੇ ਦੇ ਕੰਮ ਲਈ ਵਰੀਡ ਸੀ, ਲੱਗੀ ਸਾਨੂੰ ਇੱਕ ਦੂਜੇ ਨੂੰ ਸਮਝਣ 'ਚ। ਮੈਨੂੰ ਚੰਗਾ ਲੱਗਦਾ ਇਹ ਜਦੋਂ ਕੋਈ ਕਹਿੰਦਾ ਇਹ ਹਰ ਕਿਸੇ ਕੋਲ ਤੇਰੇ ਵਾਂਗੂ, ਜਾਨੀ ਬੀ ਪ੍ਰਾਕ ਨਹੀਂ ਹੁੰਦੇ। ਮੈਨੂੰ ਚੰਗਾ ਲੱਗਦਾ ਇਹ ਜਦੋਂ ਮੇਰੇ ਕੋਲ ਦੇ ਐਡਿਟ ਬਾਲੀਵੁੱਡ ਦੇ ਵੱਡੇ ਡਾਇਰੈਕਟਰ ਪਿੱਛੋਂ ਰੁਕ ਕੇ ਕਹਿੰਦੇ ਆ ਐਡੀਟਰ ਨੂੰ ਇੱਕ ਗਾਣਾ ਸੁਣਾਈ ਯਾਰ, ਥੈਂਕ ਯੂ ਮਾਈ ਓਪਨਰਸ। ਇਸ ਵਾਰੀ ਵੀ ਪਹਿਲਾ ਸੌਂਗ ਫਿਰ ਟ੍ਰੇਲਰ, ਬਾਕੀ ਮਨੀਸ਼ ਮੋਰ ਨੇ ਸਾਂਭ ਲੈਣਾ। ਥੈਂਕ ਯੂ ਪ੍ਰੋਡਿਊਸਰਸ ਨਵਨੀਤ ਵਿਰਕ ਐਂਡ ਪ੍ਰਿੰਸ, ਥੈਂਕ ਯੂ ਟੀਮ ਸੁਪਨਾ, ਜਗਜੀਤ ਸੰਧੂ, ਸੰਦੀਪ ਬਰਾੜ ਮਿਊਜ਼ਿਕ, ਮਿੰਟੂ ਕਾਪਾ, ਜੈਸਮੀਨ ਬਾਜਵਾ। 14th February 2020। ਇੱਕ ਰਾਈਟਰ ਜਦੋਂ ਵੀ ਲਿਖਦਾ ਹੈ ਉਹ ਆਪਣਾ ਕੰਮ ਬਾਕਮਾਲ ਤਰੀਕੇ ਦੇ ਨਾਲ ਹੀ ਕਰਦਾ ਹੈ ਤੇ ਇਦਾਂ ਹੀ ਜਗਦੀਪ ਸਿੱਧੂ ਨੇ ਇਸ ਕੈਪਸ਼ਨ ਨੂੰ ਲਿਖਦੇ ਵੀ ਬਾਕਮਾਲ ਕੰਮ ਕੀਤਾ ਤੇ ਆਪਣੇ ਸਾਰੇ ਇਮੋਸ਼ਨਸ ਨੂੰ ਇਸ ਕੈਪਸ਼ਨ ਦੇ ਅੰਦਰ ਪੜ ਦਿੱਤਾ। ਤੇ ਇੱਥੇ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੋਣੀ ਹੈ ਕਿ ਜਗਦੀਪ ਸਿੱਧੂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਗਾਣਾ ਰਿਲੀਜ਼ ਹੋਵੇਗਾ ਇਸ ਮੂਵੀ ਦਾ, ਫਿਰ ਟ੍ਰੇਲਰ। ਸੋ ਕੁਝ ਦਿਨ ਪਹਿਲਾਂ ਹੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਕਬੂਲ ਆ ਸੁਪਨਾ ਮੂਵੀ ਦਾ ਪਹਿਲਾ ਗਾਣਾ ਹੋਵੇ। ਸੋ ਮੈਂ ਤਾਂ ਐਕਸਾਈਟਿਡ ਹੋ ਗਈ ਹਾਂ ਕਬੂਲ ਇਹ ਸੌਂਗ ਨੂੰ ਸੁਣਨ ਲਈ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿੱਥੇ ਐਮੀ ਵਿਰਕ ਅਤੇ ਜਗਦੀਪ ਸਿੱਧੂ ਦੀ ਜੋੜੀ ਨੂੰ ਅਸੀਂ ਹੁਣ ਤੱਕ ਇੰਜੋਏ ਕਰਦੇ ਆ ਰਹੇ ਹਾਂ, ਇਸ ਜੋੜੀ ਦੀ ਸ਼ੁਰੂਆਤ ਹੋਈ ਸੀ ਮੂਵੀ ਹਰਜੀਤਾ ਤੋਂ। ਹਰਜੀਤਾ ਮੂਵੀ ਇਸ ਵੇਲੇ ਨੈਸ਼ਨਲ ਫਿਲਮ ਅਵਾਰਡ ਜਿੱਤ ਚੁੱਕੀ ਹੈ ਤੇ ਸਾਰੇ ਇੰਡੀਆ ਵਿੱਚ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਚੁੱਕੀ ਹੈ। ਸੋ ਜਿੱਥੇ ਅਸੀਂ ਸਾਰੇ ਉਡੀਕ ਕਰ ਰਹੇ ਹਾਂ ਸੁਪਨਾ ਮੂਵੀ ਦੀ, ਉੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਸੁਪਨਾ ਮੂਵੀ ਤੋਂ ਬਾਅਦ ਅਗਲਾ ਪੜਾਵ ਹੋਵੇਗਾ ਲੇਖ। ਜੀ ਹਾਂ, ਹੋ ਸਕਦਾ ਹੈ ਕਿ ਕਿਸਮਤ ਮੂਵੀ ਦੇ ਸੈਕਿੰਡ ਪਾਰਟ ਦਾ ਨਾਮ ਹੋਵੇ ਲੇਖ। ਮੈਂ ਤਾਂ ਬਹੁਤ ਐਕਸਾਈਟਿਡ ਹਾਂ ਲੇਖ ਮੂਵੀ ਨੂੰ ਦੇਖਣ ਲਈ ਤੇ ਸੁਪਨਾ ਮੂਵੀ ਨੂੰ ਦੇਖਣ ਲਈ। ਬਾਕੀ ਮੈਨੂੰ ਤਾਂ ਪੂਰੀ ਉਮੀਦ ਹੈ ਕਿ ਇਹ ਜੋੜੀ ਜਿਸ ਤਰ੍ਹਾਂ ਲਗਾਤਾਰ ਸਾਨੂੰ ਹਿੱਟ ਮੂਵੀਜ਼ ਦੇ ਰਹੀ ਹੈ, ਉਹਨਾਂ ਦੀ ਇਹ ਆਉਣ ਵਾਲੀ ਮੂਵੀ ਸੁਪਨਾ ਵੀ ਸਾਰਿਆਂ ਦੇ ਸੁਪਨੇ ਪੂਰੇ ਕਰੇਗੀ ਤੇ ਸਾਡੇ ਸਾਰਿਆਂ ਵੱਲੋਂ ਖੂਬ ਪਸੰਦ ਵੀ ਕੀਤੀ ਜਾਵੇਗੀ। ਬਾਕੀ ਮੈਨੂੰ ਤੇ ਇਹ ਪੋਸਟਰ ਬਹੁਤ ਵਧੀਆ ਲੱਗਾ, ਤੁਹਾਨੂੰ ਕਿਹੋ ਜਿਹਾ ਲੱਗਾ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਅਜਿਹੀਆਂ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com, press the bell icon to never miss a video from gabru। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ gabru live ਟੀਵੀ ਦੇਖਣ ਵਾਸਤੇ ਇਹ ਹੈ gabru ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ gabru ਐਪ, ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।